ਕਾਲੀ ਟੂਪਾ ਜੀ ਹਾਂ ਇਹ ਸੁਣਾ ਵੀ ਮੇਰਾ ਪੁੱਤਰ ਅਸਲਮ ਕੀ ਦੇ ਕਾਲੀ ਟੂਪਾ ਜੀ ਇਤਨਾ ਖਰਚਾ ਕੇ ਸਟੂਡੀਓ ਬਣਾਇਆ ਹੈ ਜੀ ਹਾਂ ਖਰਚਾ ਕੀਤਾ ਹੈ ਪੈਸਾ ਲਾਇਆ ਹੈ ਜੀ ਤੇ ਤੂੰ ਵੀ ਲੱਟ ਅਸਲਮ ਪੁੱਤਰ ਵੀ ਲੱਟ ਪਤਾ ਨਹੀਂ ਉਹ ਕਿਹਦੇ ਗਿਆ ਮੈਂ ਤਾਂ ਸਮਝ ਨਹੀਂ ਆਉਂਦੇ ਪਏ ਨਾ ਕੋਈ ਕਾਰੋਬਾਰ ਹੈ ਨਾ ਕੋਈ ਫਨਕਾਰ ਹੈ ਇਤਨਾ ਪੈਸਾ ਲੱਗ ਗਿਆ ਹੈ ਹੈਂ ਤੇ ਮੈਂ ਤਾਂ ਬੋਲੋ ਮੰਦਾ ਤੂੰ ਵੀ ਲੱਟ ਨਹੀਂ ਲੱਟ ਜੀ ਆ ਮੈਂ ਤਾਂ ਨੌਕਰ ਮੈਂ ਕੀ ਕਰਾਂ ਮੈਂ ਫਨਕਾਰਾਂ ਨਾਲ ਗੱਲ ਕੀਤੀ ਹੈ ਤੇ ਰਿਕਾਰਡਿੰਗ ਕਰਨੀ ਹੈ ਜਾ ਅਸਲਮ ਨੂੰ ਸਾਧ ਕੇ ਲਾਇਆ ਉਹਨੇ ਸਾਧ ਕੇ ਆਨਸ ਜਾ ਜਲਦੀ ਸਾਧ ਕੇ ਲਾਇਆ ਉਹਨੂੰ ਅੱਛਾ ਜੀ ਮੈਂ ਵੇਦਾ ਪਿਆ ਸੀ ਮੈਂ ਤਾਂ ਸਮਝ ਨਹੀਂ ਆਂਦੀ ਭਈ ਕਰੇਂਦਾ ਕੀ ਹੈ 4-5 ਲੱਖ ਰੁਪਇਆ ਵੀ ਲਾਇਆ ਤੇ ਪਤਾ ਨਹੀਂ ਕੀ ਕੀਤੀ ਖਲੋਤਾ ਤੇ ਕੀ ਨਹੀਂ ਕਰ ਰਿਹਾ ਰਿਕਾਰਡਿੰਗ ਹੀ ਨਹੀਂ ਕਰੇਂਦਾ ਪਿਆ ਸਾਰਾ ਕੰਮ ਮੈਨੂੰ ਆਪ ਨੂੰ ਕਰਨਾ ਪੈਂਦਾ ਓ ਭਾਈ ਅਸਲਮ ਓ ਖੈਰ ਹੈ ਜੀ ਸਾਹਿਬ ਕਾਵੜਾ ਬੈਠੇ ਟੈਨਸ਼ਨ ਦਾ ਪੀ ਅੱਛਾ ਚਲੋ ਭਾਈ ਚੱਲਨੇ ਲੈ ਭਈ ਅੱਜ ਬੋੜਾ ਹੀ ਆਇਆ ਬੈਠਾ ਅੱਜ ਸ਼ਾਮਤ ਹੋ ਗਏ ਕੰਮ ਹੀ ਕੋਈ ਨਹੀਂ ਕਰਾਇਆ ਵਾਪਸੀ ਨੂੰ ਪੈਸਾ ਬੜਾ ਲਾਇਆ ਤੇ ਤੈਂ ਕਿਹੜਾ ਕੰਮ ਕਰਾਇਆ ਚੱਲਨੇ ਵਾ ਸੁਣਨੇ ਆ ਹੁਣ ਵੇਖੀ ਵੈਸੀ ਸਾਹਿਬ ਕਾਵੜਾ ਬੈਠੇ ਮੈਨੂੰ ਥਿੱਕੜਾ ਕੱਢਿਆ ਸੀ ਇਹ ਲਾਂ ਸੀ ਆ ਕਿਉਂ ਡਰ ਰਹੇ ਨੇ ਚੱਲ ਚੱਲਨੇ ਆ ਆਪੇ ਕਰੇ ਨੇ ਉਹਦਾ ਚੱਲ ਉੱਠੀ ਚੱਲੀਏ ਓਏ ਤਾਂ ਬਾਈ ਸੱਚਾ ਨਾ ਕਹੇ ਗੁਲੂਕਾਰ ਨੂੰ ਆਖਿਆ ਨਾ ਕੋਈ ਰਿਕਾਰਡਿੰਗ ਕਰਾਈ ਨਾ ਕੋਈ ਕੰਮ ਕੀਤਾ ਖਰਚਾ ਏਦਾਂ ਕੀਤਾ ਉਹਨੇ ਤੇ ਹੁਣ ਵਾ ਤਾਂ ਆਪੇ ਵੇਖੀ ਵੇਖੀ ਹੁਣ ਕੁਝ ਤਾਂ ਕਰੇਂਦਾ ਹੀ ਇਹ ਅਸਲਾਮ ਵਾਲੇਕੁਮ ਅੱਬਾ ਜੀ ਵਾਲੇਕੁਮ ਸਲਾਮ ਹੋਰ ਅੱਬਾ ਜੀ ਕੀ ਹਾਲ ਹੈ ਉਹ ਲਾਂਤੀ ਆ ਕਿਹੜੇ ਗੁਲੂਕਾਰ ਤੇ ਕਿਹੜੀ ਰਿਕਾਰਡਿੰਗ ਕਿਹੜੀ ਕਰਵਾਈ ਹੈ ਓਏ ਅੱਬਾ ਮੈਂ ਕੱਲ ਗਿਆ ਗੁਲੂਕਾਰਾਂ ਨੂੰ ਸਾਦਾ ਆਇਆ ਮੈਂ ਕੱਲ ਨੂੰ ਆਉਣਾ ਹੀ ਕੱਲ ਆਏ ਕੋਈ ਨਹੀਂ ਤੇ ਹੁਣ ਉਮੀਦ ਹੈ ਕਿ ਆਵੇ ਸੇ ਉਹ ਤੇਰੇ ਆਖੇ ਤੇ ਨਾ ਆਏ ਤੁਨਾਂ ਤਾਂ ਮੈਂ ਸਦੇ ਤਾਂ ਕਾਮ ਦੇ ਪੈਣ ਓਏ ਅੱਬਾ ਮੈਂ ਤਾਂ ਉਹਨਾਂ ਨੂੰ ਪੈਸੇ ਦੇ ਆਇਆ ਇੱਕ ਮੈਡਮ ਆਈ ਗੁਲੂਕਾਰਾਂ ਨੂੰ ਨਾ ਆਉਣਾ ਹੈ ਉਹਨਾਂ ਮੈਡਮਾਂ ਤੇ ਲੱਗਾ ਰਹੇ ਹੋ ਤੇ ਪੈਸੇ ਸਾਰੇ ਗੋਲ ਕਰ ਸਕੇ ਹੋ ਨਹੀਂ ਉਹ ਗੱਲ ਤਾਂ ਸੱਚੀ ਹੋਈ ਜਈਓ ਮੈਂ ਆਸ਼ਕੀਆਂ ਕਮਾਂਦਾਰੀਆਂ ਹੀ ਮੈਂ ਨਾ ਮੈਡਮਾਂ ਤੇ ਠਰਕ ਝਾੜੀ ਰੱਖੇ ਸਟੂਡੀਓ ਤੋਂ ਬੰਦ ਨਾ ਰਿਕਾਰਡਿੰਗ ਨਾ ਲੈਣ ਨਾ ਦੇਣ ਪੈਸੇ ਤਾਂ ਗੱਲੇ ਓਏ ਅੱਬਾ ਤੂੰ ਇਹ ਇੰਨੇ ਵੇਖ ਸਾਰੇ ਗੁਲੂਕਾਰ ਹੀ ਥਾਈ ਉਸ ਸਾਰੇ ਮੈਡਮ ਹਰ ਸ਼ਾ ਤੇਰਾ ਕੰਮ ਸੈੱਟ ਕਰਵੇ ਨਾ ਟੈਨਸ਼ਨ ਨਾ ਲੈ ਮੇਰਾ ਪਿਓ ਸਾਹਿਬ ਜੀ ਸਲਾਮ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਉਹ ਕਿਵੇਂ ਆਉਣਾ ਹੈ ਮੈਂ ਤੁਹਾਡਾ ਸਾਨੂੰ ਸਹੀ ਫਨਕਾਰੀ ਦਾ ਸ਼ੌਕ ਹੈ ਤੇ ਅਸਾਂ ਉਸ ਅੱਜ ਤੁਹਾਡੇ ਕੋਲ ਜਾਣਾ ਫਨਕਾਰੀ ਸਿੱਖਣਾ ਉਹ ਚਿੱਬੜ ਦੇ ਮੂੰਹ ਵਾਲਿਆ ਉਹ ਅੱਗੇ ਕੁਝ ਸਿੱਖਿਆ ਹੀ ਇਹ ਅੱਗੇ ਕੁਝ ਨਾ ਕੁਝ ਆਉਂਦਾ ਹੁੰਦਾ ਹੀ ਇਹ ਤੈਨੂੰ ਕਿ ਨਹੀਂ ਕੋਈ ਨਾ ਸਹੀ ਬਿਲਕੁਲ ਚਿੱਟੇ ਬਿਲਕੁਲ ਚਿੱਟੇ ਹੁਣ ਸਿੱਖਣ ਆਇਆ ਸਾਂ ਹੁਣ ਸਿੱਖਣ ਆਇਆ ਸਭ ਤੋਂ ਨਵਾਂ ਸ਼ੌਕ ਲੱਗੇ ਅੱਛਾ ਅੱਛਾ ਤੂੰ ਫਨਕਾਰ ਬਣਨ ਆਇਆ ਜੀ ਅੱਛਾ ਤਬੀਅਤ ਤੇਰੀ ਫਨਕਾਰਾਂ ਜੀ ਮੈਨੂੰ ਕਿ ਮੈਂ ਫਨਕਾਰ ਨਹੀਂ ਬਣ ਸਕਦਾ ਉਹ ਮੈਨੂੰ ਤਾਂ ਫਨਕਾਰ ਘੱਟ ਤੇ ਬੰਨਾ ਹੋਇਆ ਸਾਈਕਲ ਜ਼ਿਆਦਾ ਲੱਗਣਾ ਕਿਵੇਂ ਫਨਕਾਰ ਬਣ ਸਕੋ ਉਹ ਸਾਰੀ ਦਿਹਾੜ ਉਹ ਫੌੜੇ ਮਾਰ ਮਾਰ ਤੇ ਤਾਂ ਤੁਹਾਡਾ ਹਸ਼ਰ ਖਰਾਬ ਹੈ ਤੁਸੀਂ ਫਨਕਾਰ ਕਿਵੇਂ ਬਣ ਸਕੋ ਤੁਸੀਂ ਉਹ ਫੋਸੀਆਂ ਦੇ ਰਾਹ ਦੇ ਹੋ ਕੋਸ਼ਿਸ਼ ਕਰੇ ਤੇ ਪਾਣੀ ਵੀ ਥਾਂ ਅੱਛਾ ਅਸਲਾਮ ਇਹਨਾਂ ਨੂੰ ਕੁਝ ਨਾ ਹੋਈ ਇਹਨਾਂ ਨੂੰ ਫਨਕਾਰ ਬਣੇ ਸਾਰਾ ਓਏ ਅੱਛਾ ਅੱਬਾ ਜਿਵੇਂ ਤੂੰ ਆਉਂਦਾ ਚਲੋ ਇਹ ਮਿਹਨਤ ਕਰੇ ਨਾ ਮਿਹਨਤ ਕਰੇ ਸੇਨ ਤਾਂ ਬਾਣੀ ਵੈਸੇ ਅਸਲਾਮ ਅਲੈਕੁਮ ਸਹੀ ਵਾਲੇਕੁਮ ਸਲਾਮ ਮੈਡਮ ਕਿਵੇਂ ਆਏ ਹੋ ਮੈਂ ਜੀ ਸਿੰਗਾਰਾ ਮੁਲਤਾਨ ਦੀ ਮੈਂ ਆਈ ਹਾਂ ਤੁਹਾਡੇ ਕੋਲ ਗਾਣਾ ਕਰਵਾਵਾਂ ਅਲਹਮਦੁਲਿਲਾ ਮੈਂ ਬੜੀ ਤਾਰੀਫ ਸੁਣੀ ਹੈ ਤੁਹਾਡੇ ਸਟੂਡੀਓ ਦੀ ਅਸਲਮ ਫਨੀ ਸਟੂਡੀਓ ਅਲਹਮਦੁਲਿਲਾ ਤੁਸੀਂ ਮੈਡਮ ਆ ਗਏ ਵੇ ਤੁਹਾਡਾ ਗਾਣਾ ਰਿਕਾਰਡ ਕਰਵਾਇਨੇ ਲੇਕਿਨ ਕੋਈ ਤੁਹਾਡੇ ਕੋਲ ਸਜਿੰਦਾ ਹੈ ਨਾ ਡੋਲਾ ਪੇਟੀ ਤਬਲਾ ਜੋ ਵੀ ਹੈ ਸਜਿੰਦਾ ਕੋਲ ਹੈ
ਸਾਰਾ ਕੁਝ ਤਾਂ ਸਹੀ ਸਟੂਡੀਓ ਚ ਪਹਿਲੇ ਮੌਜੂਦ ਹੁੰਦੇ। ਅਸਾਂ ਜਿਹੜਾ ਨਾ ਸਟੂਡੀਓ ਦੇ ਵਿੱਚ ਇਹ ਸਮਾਨ ਅਸਾਂ ਸਰਦੀਨਾ ਵਗੈਰਾ ਨਹੀਂ ਰੱਖਿਆ ਸਾਡੇ ਕੋਲ ਕੋਈ ਨਹੀਂ। ਅਲਾ ਬਾਸ਼ਕ ਫਨਕਾਰ ਨੂੰ ਸੱਦੇ ਹੋਏ ਉਹ ਸਾਥ ਲੈ ਕੇ ਆਵਣੇ ਜੋ ਲੈ ਕੇ ਆਵੇਂਦਾ ਨਾ ਪਰ ਗਾਣਾ ਰਿਕਾਰਡ ਕਰੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਵਾਲੇਕੁਮ ਅਸਲਾਮ ਸਾਹਿਬ ਕੀ ਹਾਲ ਹੈ? ਸ਼ੁਕਰ ਹੈ ਜੀ ਅਸਲਾਮ ਜੀ ਕੀ ਹਾਲ ਹੈ? ਖੈਰ ਹੈ ਮੈਡਮ ਠੀਕ ਹੋ? ਅਲਹਮਦੁਲਿਲਾ ਮੈਂ ਬੜੀਆਂ ਮਸ਼ਹੂਰੀਆਂ ਸੁਣੀਆਂ। ਮੈਂ ਆਖਿਆ ਮੈਂ ਵੀ ਜਾਵਾਂ ਨਾਲੇ ਤੁਸੀਂ ਮੈਨੂੰ ਆਖਿਆ ਸੀ ਜੀ ਜੀ ਮੈਂ ਸਾਡੇ ਯਾਰ ਸਟੂਡੀਓ ਤੇ ਜਿਹੜਾ ਨਾ ਗਾਣਾ ਕਰਵਾਈ ਮੈਂ ਆਖਿਆ ਮੈਂ ਜਾਣਾ ਸਭ ਅਸਲਾ ਮੈਨੂੰ ਆਖਿਆ ਸੀ ਤੇ ਮੈਂ ਜਾ ਕੇ ਉਹਨਾਂ ਨੂੰ ਗਾਣਾ ਕਰਕੇ ਦੇ ਆਵਾਂ ਸਟੂਡੀਓ ਦੇ ਵਿੱਚ ਕਿਉਂ ਮੈਂ ਤੇਰੇ ਸਟੂਡੀਓ ਦੇ ਬੜੀ ਮਸ਼ਹੂਰੀ ਸੁਣੀ ਹੈ ਅਸਲਾ ਮੈਂ ਸਟੂਡੀਓ ਹਾਏ 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 ਅਸਲਮ ਫਨੀ ਸਟੂਡੀਓ ਪੂਰੇ ਮੁਲਕ ਛਾ ਗਿਆ ਪੂਰੇ ਮੁਲਕ ਛਾ ਕੇ ਮਤਲਬ ਮੈਂ ਗਾਣਾ ਕਰੇ ਸਾ ਮੈਨੂੰ ਪੂਰਾ ਮੁਲਕ ਵੇਖ ਕਮਾਲ ਹੋ ਗਈ। ਅੱਛਾ ਤੂੰ ਸਾਧ ਲੈ ਆਪਣੇ ਆਪ ਸਾਧ ਸੋਧ ਨੇ ਉਹ ਮੇਰਾ ਸਾਧ ਆਏ ਸ਼ੁਰੂ ਕਰੀਏ ਗਾਣਾ। ਬਾਬਾ ਜੀ ਸ਼ੁਰੂ ਕਰੇ ਉਸਤਾਦ ਗਾਣੇ ਸਿੱਧੋ ਕੇ ਬਾਅਦ ਗਾਣਾ ਮੇਰਾ ਐਸਾ ਵੈਸਾ ਨਹੀਂ ਤੂੰ ਗਾਣਾ ਸੁਣਨਾ ਤੁਸੀਂ ਨੱਚਣਾ ਮੈਡਮ ਗਾਣਾ ਸੁਣ ਇਹ ਕੌਣ ਏ ਮੈਡਮ ਆਈ ਏ ਗਾਣਾ ਕਰਾਵਣ ਸਾਡੇ ਕੋਲੋਂ ਸਜੀ ਨਾ ਤੇ ਹੇ ਕੋਈ ਨਾ ਤੇ ਅਸਾਂ ਇਹੋ ਸੋਚੀ ਬੜੇ ਵੀ ਉਸਤਾਦ ਬਖਸ਼ੂ ਲਾਇਆ ਅਸੀਂ ਤੁਹਾਡਾ ਗਾਣਾ ਕਰੇਨੇ ਆ ਠੀਕ ਹੈ ਠੀਕ ਹੈ ਠੀਕ ਹੈ ਮੈਂ ਕਰਾਂ ਸ਼ਾ ਗਾਣਾ ਤੁਹਾਡਾ ਹਾਂ ਨਾ ਗਾਣਾ ਕਰਾਵਣਾ ਹੈ ਗਾਣਾ ਕਰਾ ਕੇ ਸਾ ਜੀ ਠੀਕ ਹੋ ਗਿਆ ਨਾ ਗਾਣਾ ਹੁਣ ਸ਼ੁਰੂ ਹੁੰਦਾ ਪਿਆ ਜੀ ਹੋ ਮੈਨੂੰ ਮੰਗਾ ਪਵਾਚਾ ਗੋਦੀ ਮੈਂ ਉਹ ਮੈਨੂੰ ਮੰਗਾ ਪਵਾਚਾ ਗੋਦੀ ਮੈਂ ਕੋਈ ਮਲੂਮ ਹੁੰਦਾ ਕੋਈ ਗਾਣੇ ਕਰੀਂਦੇ ਨੇ ਹੋਰ ਗਾਣਾ ਕਰਾਵਾ ਠੀਕ ਹੋ ਗਿਆ ਤੂੰ ਗਾਣਾ ਸੁਣਾ ਉਸ ਤੋਂ ਮੋੜ ਮੈਂ ਸੁਣੀ ਸਾ ਮੇਰੀ ਵੀਣੀ ਨਾ ਮਰੋੜ ਮੈਂ ਹਾਂ ਡਾਡੀ ਕਮਜ਼ੋਰ ਹੱਥ ਹਲੇ ਹਲੇ ਭੱਟ ਤੇ ਲੈ ਜਾਣੀਆਂ ਕੀ ਕਰੇ ਨਾ ਮਤਾ ਕੁਛ ਲਗੇ ਨੀਆਂ ਮੈਂ ਆਪ ਸ਼ਾਮ ਮੈਂ ਤੂੰ ਧੋਣ ਜਾਣੀਆਂ ਮੇਰੀ ਵੀਣੀ ਨਾ ਮਰੋੜ ਚਲਾ
चरखे दी मिठी मिठी हो माया मैनू याद आमदार चरखे दी मिठी मिठी हो मेरे दिल विच उठदी है धूप माया मैनू ओ याद आमदार ਅਸਲਮ ਸਟੂਡੀਓ ਮੁਲਤਾਨ ਜੀ ਉਹਨਾਂ ਨੂੰ ਗੱਲ ਕਰੋ ਬਾਹਰ ਇੱਕ ਫਨਕਾਰ ਬਣਨ ਲਈ ਆਇਆ ਤੇ ਬੰਦਾ ਫਨਕਾਰ ਬਣਨਾ ਚਾਹੁੰਦਾ ਇਹ ਤੁਸੀਂ ਪੁੱਛ ਕੇ ਦਿਓ ਜੀ ਬੁਲਾ ਨਹੀਂ ਆਈ ਹਾਂ ਬੁਲਾ ਬਾਈ ਸਾਹਿਬ ਜੀ ਇੱਕ ਫਨਕਾਰ ਆਇਆ ਮਾਰੂ ਅੱਛਾ ਭੇਜ ਦੇ ਜਾਓ ਜੀ ਹੈਂ ਜਾਓ ਬਣੀਏ ਜੀ ਆ ਇਹ ਕਿਉਂ ਨਹੀਂ ਖਲਾ ਇਹ ਚੱਲ ਵੰਨੀ ਅੰਦਰ ਵਾਜ ਤੂੰ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਸਟੂਡੀਓ ਜੀ ਜੀ ਮੈਂ ਇੱਕ ਫਨਕਾਰ ਬਣਨਾ ਚਾਹੁੰਦਾ ਫਨਕਾਰ ਬਣਨਾ ਚਾਹੁੰਦਾ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਉਹ ਤੂੰ ਕੀ ਕਰ ਸਕਦਾ ਹੈ
ਸਰ ਮੈਂ ਬੜਾ ਕੁਛ ਕਰ ਸਕਦਾ ਤੁਸੀਂ ਮੈਨੂੰ ਸਿਰਫ ਬੁਲਾ ਕੇ ਵੇਖੋ ਮੈਂ ਸਰ ਸਰ ਮੈਂ ਬੜਾ ਕੁਛ ਕਰ ਸਕਦਾ ਤੁਸੀਂ ਮੈਨੂੰ ਮੌਕਾ ਦੇ ਕੇ ਵੇਖੋ ਕੋਈ ਗਾਣਾ ਗਾ ਸਕਦਾ ਹੈ ਕੋਈ ਅਦਾਕਾਰੀ ਕਰ ਸਕਦਾ ਹੈ ਸਾਨੂੰ ਕਰਕੇ ਵਿਖਾ ਸਰ ਤੁਹਾਡਾ ਹੁਕਮ ਹੋਵੇ ਤਾਂ ਮੇਰੇ ਤੇ ਅੰਦਰ ਫਨਕਾਰ ਫਨ ਹੈ ਛੋਟਾ ਜਿਹਾ ਮੈਂ ਤੁਹਾਨੂੰ ਕਰਕੇ ਵਿਖਾ ਸਕਦਾ ਤੈਨੂੰ ਇਜਾਜ਼ਤ ਹੈ ਜਿਹੜਾ ਫਨ ਵੀ ਹੈ ਨਾ ਕਰਕੇ ਵਿਖਾ ਮੈਂ ਹਾਜ਼ਰ ਮੈਂ ਕਰਕੇ ਵਿਖਾਣਾ ਫਰਜ਼ ਕਰੋ ਇੱਕ ਲੜਕੀ ਮਾਸੂਮ ਹੈ ਉਹਦਾ ਮਾਂ ਪਿਓ ਮਰ ਜਾਂਦਾ ਉਹਦਾ ਦੀ ਕੁਲ ਪਲ ਦੀ ਸਮਝਦੀ ਹੈ ਜਦੋਂ ਜਵਾਨ ਹੋ ਜਾਂਦੀ ਹੈ ਤੇ ਜਵਾਨੀ ਦਾ ਖੁਮਾਰ ਤੇ ਸਿਰ ਤੇ ਭੂਤ ਜਵਾਨੀ ਦਾ ਜਦੋਂ ਚੜ੍ਹਦਾ ਹੈ ਨਾ ਤੇ ਉਹ ਕੀ ਕਰ ਲੈਂਦੀ ਹੈ ਜ਼ਰਾ ਮੁਲਾਹਜ਼ਾ ਫਰਮਾ ਫਰਜ਼ ਕਰੋ ਕੋਈ ਘੇਰੋ ਨਾਲ ਪਿਆਰ ਕਰਵਾਉਂਦੀ ਹੈ ਪਿਆਰ ਕਰਨ ਤੋਂ ਬਾਅਦ ਲੁਕ ਲੁਕ ਕੇ ਦਾਦੀ ਤੋਂ ਲੁਕ ਲੁਕ ਕੇ ਮਿਲਣ ਜਾਂਦੀ ਹੈ ਤੇ ਮਿਲ ਕੇ ਆਉਂਦੀ ਦਾਦੀ ਨੂੰ ਪਤਾ ਲੱਗਦਾ ਤੇ ਕਰਿੰਦੀ ਕੀ ਹੈ ਜੇ ਕਰਦੀ ਹੈ ਉਹ ਫਰਜ਼ ਕਰੋ ਇਹ ਕਰਦੀ ਹੈ ਕਿ ਬਾਗ ਵਿੱਚ ਗਈ ਲੁਕ ਕੇ ਹੀਰੋ ਨੂੰ ਮਿਲ ਕੇ ਆ ਰਹੀ ਨੀ ਗਾਣਾ ਸ਼ਾਣਾ ਗਾ ਕੇ ਆ ਰਹੀ ਹੈ ਵਾਪਸੀ ਆ ਰਹੀ ਹੈ ਆਉਂਦੀ ਹੈ ਨਾ ਤੇ ਦਾਦੀ ਵੇਖ ਲੈਂਦੀ ਹੈ ਤੇ ਦਾਦੀ ਆਉਂਦੀ ਹੈ ਦਾਦੀ ਹੀਰੋ ਨਾਲ ਹੀਰੋਇਨ ਨੂੰ ਦੇਖ ਲੈਂਦੀ ਦਾਦੀ ਆਉਂਦੀ ਹੈ ਨੀ ਕਮੀਨੀ ਹੈ ਨੀ ਕੁੱਤੀ ਹੈ ਨੀ ਬਜ਼ਰਤੀ ਕੋਈ ਤੇ ਮੇਰੇ ਚਿੱਟੇ ਵਾਲਾ ਦਾ ਪਿਆਰ ਕਰ ਰਹੀ ਹੈ ਨੀ ਮੈਂ ਤੇ ਜੀਵਨ ਦਾ ਨਹੀਂ ਛੱਡਾਂਗੀ ਨੀ ਕਮੀਨੀ ਹੈ ਨੀ ਕੁੱਤੀ ਹੈ ਨੀ ਕਰਨ ਕਰ ਮਿਹਰਬਾਨੀ ਜੀ ਇਜਾਜ਼ਤ ਨਹੀਂ ਬਹਿ ਜਾਓ ਤੇ ਜਿਹੜਾ ਉਹ ਗਾਣਾ ਗਾਈ ਗਾਣਾ ਸੁਣਾ ਜਿਹੜਾ ਉੱਥੇ ਬਾਗ ਚ ਗਾਣਾ ਕਰਕੇ ਆਈ ਅੱਛਾ ਜੀ ਇਜਾਜ਼ਤ ਹਾਂ ਹਾਂ ਬਾਗ ਗਾਣਾ ਕਰਕੇ ਆਈ ਮੇਰਾ ਅੱਖ ਲੜੀ ਬਦੋ ਬਦੀ ਅੱਖ ਲੜੀ ਬਦੋ ਬਦੀ ਮੌਕਾ ਮਿਲੇ ਕਦੀ ਕਦੀ ਕੱਲ ਨੀ ਕਿਸੇ ਵੇਖੀ ਮਜ਼ਾ ਲੈ ਲਿਆ ਜਿੱਦਾ ਆਏ ਓਏ ਉਹ ਬੇਸੂਰੀਆ ਇੰਨੇ ਕਮ ਤੋ ਨਾ ਕੀ ਉਹ ਕੀ ਨਹੀਂ ਬਣੀ ਨਹੀਂ ਇਹ ਤਾਂ ਹੈ ਗਾਣਾ ਓਏ ਨਹੀਂ ਜਵਿੰਦਾ ਅਸਲੀ ਤਾਂ ਸੁਣਾ ਲਈਏ ਇਸ ਤਰ੍ਹਾਂ ਗਾ ਬਣਾਈ ਠੀਕ ਹੈ ਨਾ ਮੁਲਾ ਜੀ ਫਰਮਾ ਮੁਲਾ ਆਵੇ ਓਏ ਅੱਖੀ ਲੜੀ ਬਦੋ ਬਦੀ ਹਾਏ ਹਾਏ ਮੌਕਾ ਮਿਲੇ ਕਦੀ ਕਦੀ ਕੱਲ ਨਹੀਂ ਪੈਦਲ ਨਾ ਜਾਂਦੇ ਬਤਾਇਆ ਤੁਸਾਂ ਸਾਰਿਆਂ ਆ ਕੇ ਇਤਨਾ ਸਾਡਾ ਮੈਡਮ ਤੂੰ ਇੱਥੇ ਕਿਵੇਂ ਬੈਠੀ ਉਹ ਤਾਂ ਨਸ ਗਏ ਤੂੰ ਇਹਨੂੰ ਭੋਜਨਾ ਆ ਕੇ ਯਾਰ ਬੈਠਾ